ਤੇ ਪਿਛਲੇ ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਏ ਪਥਰਾਵ ਦੇ ਛਿੜੇ ਵਿਵਾਦ ਦੇ ਖਿਲਾਫ ਅੱਜ ਰਾਸ਼ਟਰੀ ਸਿੱਖ ਸੰਗਤ ਨੇ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਰਾਸ਼ਟਰੀ ਸਿੱਖ ਸੰਗਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਅੱਗੇ ਆਪਣੀ ਮੰਗ ਰੱਖੀ ਕਿ ਪਾਕਿਸਤਾਨ ਸਰਕਾਰ ਤੇ ਦਬਾਅ ਬਣਾ ਕੇ ਉਸ ਅੰਸਰ ਨੂੰ ਫਾਂਸੀ ਦੀ ਸਜ਼ਾ ਦਵਾਈ ਜਾਵੇ ਜਿਸ ਦੇ ਕਾਰਨ ਪੂਰੀ ਸਿੱਖ ਸੰਗਤ ਨੂੰ ਠੇਸ ਪਹੁੰਚੀ ਹੈ। ਅੱਜ ਜੋ ਅਸੀਂ ਰਾਸ਼ਟਰੀ ਸਿੱਖ ਸੰਗਤ ਵੱਲੋਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਹਾਂ ਉਹਦਾ ਵਿਸ਼ਾ ਇਹ ਹੈ ਕਿ ਜੋ ਪਾਕਿਸਤਾਨ ਦੇ ਵਿੱਚ ਕਿਸੇ ਕੰਸਰ ਨੇ ਬਹੁਤ ਹੀ ਨਨਕਾਣਾ ਸਾਹਿਬ ਦੇ ਉੱਤੇ ਪਥਰਾਓ ਕਰਕੇ ਜਾਂ ਉਸਦਾ ਨਾਮ ਬਦਲਣ ਦਾ ਜੋ ਉਹਨੇ ਮੁੱਦਾ ਉਠਾਇਆ ਸੀਗਾ, ਜੋ ਉਹਨੇ ਭੜਕਾਟ ਪੈਦਾ ਕੀਤੀ ਸੀ, ਜੋ ਸਿੱਖਾਂ ਦੇ ਮਨਾਂ ਨੂੰ ਉਹਨੇ ਸੇਕ ਪਹੁੰਚਾਇਆ ਸੀ, ਉਹ ਅੱਜ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਪਾਕਿਸਤਾਨ ਸਰਕਾਰ 'ਤੇ ਦਬਾਅ ਪਾ ਕੇ ਉਹ ਜਿਹੜਾ ਬੰਦਾ ਸੀ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੋਂ ਤੋਂ ਇਹ ਲੋਕ ਜਿੱਦਾਂ ਦੇ ਹਨ ਇਹਨਾਂ ਸਿੱਖ ਕੌਮ ਦੇ ਉੱਪਰ ਜਾਂ ਕੋਈ ਇੱਦਾਂ ਦਾ ਐਕਸ਼ਨ ਨਾ ਲੈਣ। ਸਿੱਖ ਕੌਮ ਕਦੀ ਵੀ ਕਿਸੇ ਦੇ ਨਾਲ ਕਦੀ ਬੁਰਾ ਨਹੀਂ ਤੱਕਦੀ ਤਾਂ ਜੋ ਅਸੀਂ ਇਹੀ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਜਿਹੜਾ ਬੰਦਾ ਉੱਥੇ ਪਾਕਿਸਤਾਨ ਦੇ ਵਿੱਚ ਹੈ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਸਿੱਖਾਂ ਦੇ ਹਿਰਦੇ ਜੋ ਲੁੰਦਰੇ ਗਏ ਹਨ ਜਾਂ ਉਹਨਾਂ ਨੂੰ ਸੇਕ ਪੁੱਜਾ ਉਹ ਠੰਡਾ ਹੋ ਸਕੇ। ਟਿੰਕੂ ਦੀ ਰਿਪੋਰਟ, KDT ਨਿਊਜ਼ TV, ਲੁਧਿਆਣਾ।